ਨਾਰਾਏ ਤਕਬੀਰ ਜਿਹੜੇ ਹਾਜ਼ਰ ਬੈਠੇ ਹੋ ਥੋੜ੍ਹਾ ਜਿਹਾ ਜ਼ੋਰ ਲਵਾਏ ਚ ਨਾਰਾਏ ਤਕਬੀਰ ਅੱਲਾਹ ਅਕਬਰ ਨਾਰਾਏ ਰਿਸਾਲਤ ਯਾ ਰਸੂਲ ਅੱਲਾਹ ਬਹੁਤ ਪਿਆਰਾ ਨਾਮ ਹੈ ਸਾਰੇ ਰਲ ਕੇ ਚਾਹੋ ਨਾਰਾਏ ਰਿਸਾਲਤ ਯਾ ਰਸੂਲ ਅੱਲਾਹ ਨਾਰਾਏ ਹੈਦਰੀ ਹੱਥ ਬੁਲੰਦ ਕਰਕੇ ਮਿਲ ਕੇ ਬੋਲੋ ਹੈਦਰੀ ਯਾ ਅਲੀ ਹੁਸੈਨੀਅਤ ਸਾਰੇ ਬੋਲੋ ਹੁਸੈਨੀਅਤ ਯਜ਼ੀਦੀਅਤ ਅਹਿਲ ਬੈਤ ਦੁਸ਼ਮਣ ਤੇ ਲਾਨਤ ਬੀਬੀ ਜ਼ਹਰਾ ਦੇ ਦੁਸ਼ਮਣ ਤੇ ਲਾਨਤ ਬਾਵਾਜ਼ੇ ਬੁਲੰਦ ਸਲਵਾਤ ਦੁਆ ਹੈ ਅੱਲਾ ਰੱਬੁਲ ਇੱਜ਼ਤ ਸਾਰਿਆਂ ਦਾ ਟੁਰਾਇਆ ਕਬੂਲ ਫਰਮਾਵੇ ਬਾਨਿਆਂ ਦੀ ਤੋਫੀਕਾਤ 'ਚ ਮਾਲਿਕ ਇਜ਼ਾਫਾ ਫਰਮਾਵੇ ਰਿਜ਼ਕੇ ਖੈਰ 'ਚ ਬਾਦਸ਼ਾਹ ਵਸਤ ਅਤਾ ਫਰਮਾਵੇ ਅਸਾਂ ਸਾਰਿਆਂ ਨੂੰ ਮਾਲਿਕ ਕਰਬਲਾ ਉਹ ਸ਼ਾਮ ਦਾ ਜ਼ਵਾਰ ਬਣਾਵੇ ਇਮਾਮ ਜ਼ਮਾਨਾ ਦੇ ਜ਼ਹੂਰ 'ਚ ਮਾਲਿਕ ਤਾਜੀਲ ਫਰਮਾਵੇ ਸਲਵਾਤ ਹੀ ਕਪੜੋ ਅਤੇ ਬੁਲੰਦ ਆਵਾਜ਼ ਨਾਲ ਪੜੋ ਬਾਬਾ ਇੱਕ ਜਿਹੀ ਸਲਵਾਤ ਪੜੋ ਰੇ ਕਹੋ ਕਿਵੇਂ ਪੜਦੇ ਰਹਿੰਦੇ ਹੋ ਇਜਾਜ਼ਤ ਹੈ ਮੈਂ ਨੌਕਰੀ ਪਾਕ ਸ਼ੁਰੂ ਕਰ ਰਿਹਾ أعوذ بالله من الشيطان اللعين الرجيم بسم الله الرحمن الرحيم بلند صلوات الحمد لله رب العالمين الصلاة اشرف الانبياء والمرسلين بلند صلوات الذي كلا في شان وما ارسلنا كلا ਰੂਟੀਨ ਤੋਂ ਹਟ ਕੇ ਸਲਵਾਤ ਪੜੋ ਚਾ ਬਾਬਾ ਕੁਝ ਨਹੀਂ ਥੀਂਦਾ ਅਲੀ ਵਾਲਾ ਹਰ ਦਰ ਕਾ ਸਵਾਲੀ ਹੋ ਨਹੀਂ ਸਕਦਾ ਪੜਨਾ ਮੈਂ ਇਵੇਂ ਜਿਵੇਂ ਕਾਰੀ ਕੁਰਾਨ ਪੜਦਾ ਹੈ ਜਾਂ ਨਮਾਜ਼ ਹੀ ਨਮਾਜ਼ ਪੜਦਾ ਅਲੀ ਵਾਲਾ ਹਰ ਦਰ ਕਾ ਸਵਾਲੀ ਹੋ ਨਹੀਂ ਸਕਦਾ ਪਰ ਜਿਸਕੀ ਅਲੀ ਝੋਲੀ ਵੋ ਖਾਲੀ ਹੋ ਨਹੀਂ ਸਕਦਾ ਪਰ ਜਿਸਕੀ ਅਲੀ ਝੋਲੀ ਵੋ ਖਾਲੀ ਹੋ ਨਹੀਂ ਸਕਦਾ ਹਾਜੀ ਹੋ ਨਮਾਜ਼ੀ ਸਾਡੀਆਂ ਜ਼ਿੰਦਗੀਆਂ ਹੋਵਨ ਜਿਓ ਪੈ ਜਿਓ ਪੈ ਅੱਲਾ ਜ਼ਿੰਦਗੀ ਦੇਵੇ ਵੀਰ ਬਾਬਾ ਮਖਦੂਮ ਮੁਸ਼ਤਾਕ ਹੁਸੈਨ ਸ਼ਾਹ ਸਾਹਿਬ ਕੋ ਉਹਨਾਂ ਵੀ ਬੜੇ ਪਿਆਰੇ ਅੰਦਾਜ਼ ਨਾਲ ਜ਼ਿਕਰ ਪਾਕ ਕੀਤਾ ਮੇਰੇ ਤੋਂ ਬਾਅਦ ਸੁਲਤਾਨ ਦੁਜ਼ਾਕਰੀਨ ਬਾਬਾ ਸੈਦ ਮਦਾ ਹੁਸੈਨ ਸ਼ਾਹ ਸਾਹਿਬ ਅਸਾਂ ਤਾਂ ਸਬਕ ਹੀ ਸੁਣਾਉਣੇ ਨਾ ਬਾਬਾ ਅਤੇ ਸਾਡੇ ਬਜ਼ੁਰਗ ਜੀ ਇੱਜ਼ਤ ਜੀ ਕਦਰ ਬਾਬਾ ਸੈਦ ਮੁਹੰਮਦ ਹੁਸੈਨ ਸ਼ਾਹ ਸਾਹਿਬ ਕਿਬਲਾ ਉਹ ਵੀ ਪਹੁੰਚ ਚੁੱਕੇ ਐਵੇਂ ਬੜੀ ਤੇਜ਼ੀ ਤੇਜ਼ੀ ਨਾਲ ਐਵੇਂ ਕੋਈ ਦੋ ਚਾਰ ਕਸੀਦੇ ਅਤੇ ਘੰਟੇ ਖਾਂਦਾ ਮਸਾਹਿਬ
پریشان ہونے لگ گئے. سلوات پڑھو نے کہو چاہے آواز ہے. لو جی خیر یہ سلوات آگے میں پڑھ دے یا ہماری تو خصوصی مہربانی کی تھی بیٹھے ہوئے بابا. قصیدہ شور کو ڈالیاں میں عزت حسین دے پڑھنا چاہنا. قصیدہ نہیں جنت ٹکٹ ہے. وصول کرو گرمی دشمن حسین دے گھر بھکا چھوڑا. مین شاید جناب دی توجہ اگر وہ میرا ساتھ دے گئی تو علی علی ہو سی نبی نبی ہو سی. توجہ ہے بابا. عزت والا در لگدا ہے در لگدا عزت والا در لگدا ہے عزت والا در لگدا ہے. میں مصطفیٰ علی نہیں اپنی قوم چ ذاکر ہاں. میری قوم میں ذاکر نہیں. میں ہر ممبر تے ایک گزارش کرتا ہوں نا جڑا سوالی دی سوچ تو زیادہ رہے وہ کو حسین آ دین. میں عزت حسین کھڑا پڑھتا جے بندے دا رزق نجف چوہندا ہے سہ کربلا چوہندا ہے وہ بندہ بولے سی. بندیاں کہ بھی یہ جڑے شیعہ ان شیعہ یہ مسلے تے کھا کے شفا کیوں رکھ دیں. انہاں نو کیا ملتا ہے کیا ثواب ہوندا ہے. میں کہ تینوں پتہ ہی نہیں جو سانو کھا کے شفا دا اجر کتنا ملتا ہے. توجہ کرو تو صدر پڑھا بابا میرے لکھا ہے. شیعہ بیٹھے ہو یار مولا دے منن والے بیٹھے ہو. ارمان لگسی میں کوئی شیعہ تے جڑا قدیمی شیعہ ہویا تے صدر تے نہ بولیا. میں بسم اللہ کراں پندرہ شوال نو خانگڑ مولا دی قسم میں اسے ستر دوتے پنڈال کھڑا کیتا ہے. تو سسا ہی کھینو جاتا بڑی گال ہے جڑی جناب دی کیفیت ہے بولن علی اے ان ہاتھ چکریں تو میں تائیں کچھ نہ کچھ جناب تے راضی ویسا میں نے لکھا ہے. پنجالیا واسے مل کے بولو حیدری. اللہ واسے حسین نے مہمان بن کے بہو امان بن کے نہ بہو نا. انتہائی توجہ بزرگو نظر دے
ਇੰਨਾ ਇੱਥੋਂ ਰੇਸ਼ੋ ਵਧਾਉਣੀ ਕੋਈ ਨਹੀਂ, ਬਚਦਾ ਜ਼ੋਰ ਅਗਲੀ ਮਜਲਿਸ ਤੇ ਚਲੇ ਸੂ। ਮੰਨਤ ਤਾਂ ਕਹਿ ਨਹੀਂ ਵੀ ਤੁਸੀਂ ਬੋਲੋ ਨਾ ਤੇ ਅਸਾਂ ਇੰਨੇ ਜ਼ੋਰ ਲਈ ਰੱਖੂ। ਸਲਵਾਤ ਪੜੋ ਹਾਂ ਬਾਬਾ ਉੱਚੇ ਆਵਾਜ਼ ਨਾਲ, ਇਹਨੇ ਤੂੰ ਠੀਕ ਹੀ ਸਲਵਾਤ ਬਈ ਸੁਣੋ ਚਬੋ। ਸੁਭਾਨ ਅੱਲਾਹ। ਸ਼ਹੀਦਾਂ ਨੂੰ ਛੱਡ ਕੇ ਤੂੰ ਰਸਤੇ ਦੋ, ਇੱਕ ਜੰਨਤ ਵਾਲੇ ਪਾਸੇ ਦੂਆ ਜਹਨਮ ਵਾਲੇ ਪਾਸੇ। ਇਨਸਾਨ ਤੇ ਖੁਦ ਬਾਬਾ ਮੁਹੰਮਦ ਸੈਨ ਸ਼ਾਹ ਸਾਹਿਬ ਕਿਬਲਾ, ਇਨਸਾਨ ਤੇ ਖੁਦ ਡਿਪੈਂਡ ਕਰਦਾ ਹੈ ਵੀ ਉਸ ਰਸਤਾ ਅਖਤਿਆਰ ਕਿਹੜਾ ਕਰਨਾ, ਰਸਤਾ ਗਿਣਨਾ ਕਿਹੜਾ, ਲਵਣਾ ਕਿਹੜਾ। ਮੇਰੇ ਪਾਸ ਤੋਂ ਚੁੱਕ ਸਹੀਦਾਨੋ ਸਹੀਦਾਨੋ ਸੁਭਾਨ ਅੱਲਾਹ ਸਹੀਦਾਨੋ। ਚਲੋ ਮੈਂ ਚੁੱਪ ਇਬਾਦਤ ਦੇ ਦੋ ਮਿੰਟ ਮੈਂ ਕਰ ਗਈ ਨਾ। ਸਹੀਦਾਨੋ ਛੱਡ ਕੇ ਤੂੰ ਕਮੀਆਂ ਦੋ ਜਾਵੇ ਫਰਿਸ਼ਤਿਆਂ ਸਵਾਲ ਕੀਤਾ। ਪਹਿਲਾ ਸਵਾਲ, ਮੈਂ ਰੱਬੋ ਕਾ ਜ਼ਵਾਰ ਚੁੱਪ। ਦੂਜਾ ਸਵਾਲ, ਮੈਂ ਨਬੀਓ ਕਾ ਜ਼ਵਾਰ ਚੁੱਪ। ਮੈਂ ਦੀਨੋ ਕਾ ਜ਼ਵਾਰ ਚੁੱਪ। ਅਹਿਮ ਸਵਾਲ, ਮੈਂ ਇਮਾਮੋ ਕਾ ਜ਼ਵਾਰ ਚੁੱਪ ਜਿਵੇਂ ਤੁਸਾਂ ਚੁੱਪ। ਅੱਲਾ ਤੁਹਾਡੀ ਜ਼ਿੰਦਗੀ ਕਰੇ। ਇੱਕ ਫਰਿਸ਼ਤਾ ਅੱਗਾ ਵਧਿਆ, ਉਹ ਜਿਵੇਂ ਮੁੰਡਾ ਹਿਲਾਇਆ, ਉਸ ਅੱਗੇ ਤੇਰੇ ਨਾਲ ਗੱਲ ਕਰਦੇ ਆ। ਜਵਾਬ ਨੇ ਦਿੰਦਾ, ਕਿਹੜੀ ਸ਼ਹਿਰ ਤੇ ਮਾਣ ਆਈ, ਕਿਹੜੀ ਸ਼ਹਿਰ ਤੇ ਫਖਰ ਆਈ। ਤਵੱਜੋ ਚੁੱਪ ਕਰਕੇ ਸੁਣਨਾ, ਬਿਲਕੁਲ ਤਵੱਜੋ ਮੇਰੇ ਪਾਸੇ ਕਰਨੀ ਹੈ। ਬੋਲਣਾ ਜਾਂ ਨਾ ਬੋਲਣਾ ਜਨਾਬ ਦੀਆਂ ਮਿਜ਼ਾਜਾਂ 'ਤੇ ਡਿਪੈਂਡ ਕਰਦੇ, ਸਿਰਫ ਸੁਣਨਾ ਹੈ। ਜੋ ਮੈਂ ਪੜ੍ਹਦਾ ਕਿਆ ਖਲੋਤਾ ਤੁਹਾਡੀ ਜ਼ਿੰਦਗੀ ਹੋਵੇ, ਮਿੰਬਰ ਦੀ ਕਸਮ ਹੈ। ਫਰਿਸ਼ਤਾ ਅੱਗਾ ਵਧਾ, ਉਸ ਅੱਗੇ ਯਾਰ ਅਸੀਂ ਤੇਰੇ ਨਾਲ ਗੱਲ ਕਰਦੇ ਹਾਂ। ਜਵਾਬ ਨੇ ਦਿੰਦਾ, ਸਵਾਰੇ ਮਾਮ ਹੁਸੈਨ ਮੁਸਕਰਾ ਕੇ ਫਰਮਾਉਂਦੇ, ਗੱਲ ਸੁਣ, ਮੈਨੂੰ ਜ਼ਿਆਦਾ ਝਿਣਕ ਦੇਵਣ ਦੀ ਜ਼ਰੂਰਤ ਨਹੀਂ, ਮੈਂ ਬੇਵਾਰਿਸ ਤਾਂ ਨਾ। ਉਹਨਾਂ ਕਿੱਦਾਂ ਸਾਥ ਤੇਰੇ ਵਾਰਿਸ ਕੌਣ ਹਨ? ਉਸ ਵੇਲੇ ਜ਼ਵਾਰੇ ਮਾਮੇ ਹੁਸੈਨ ਮੁਸਕਰਾ ਕੇ ਫਰਿਸ਼ਤੇ ਦੇ ਪਾਸੇ ਨਿਗਾਹ ਕਰਕੇ ਆਦੇ, ਫਨ ਕੇ ਦਸਾ ਨੌਕਰ ਤੇਰਾ ਆਇਆ ਹੋਇਆ ਏ, ਫਨ ਕੇ ਦਸਾ ਨੌਕਰ ਤੇਰਾ ਆਇਆ ਹੋਇਆ ਏ, ਮੈਂ ਕਰ ਬੋਬਲਾ ਦਾਏ ਕਫਨ ਸਲਾਮਤ ਰਹੋ। ਚਲੋ ਜਿਹੜੇ ਜਿਹੜੇ ਬੰਦੇ ਦਾ ਪ੍ਰੋਗਰਾਮ ਹੈ ਵੀ ਮੈਂ ਬਲਾ ਪੜਾ,
ਮੈਨੂੰ ਕਿਵੇਂ ਪਤਾ ਲੱਗਾ ਸੀ ਤੂੰ ਅਵਲਾ ਸੁਣਦੇ ਹੋ ਕੋਈ? ਅੱਛਾ ਬਿਸਮਿਲ੍ਲਾ ਬੇ ਜ਼ਿੰਦਗੀ ਹੋਏ ਸਵਾਰੇ ਮਾਮੇ ਹੁਸੈਨ ਮੁਸਕਰਾ ਕੇ ਗੱਲ ਕਰੀਏ ਖਾ ਛੋੜ ਹਜ ਇੱਕ ਨਹੀਂ ਤੇ ਕਰੋੜਾਂ ਕਰ, ਹਵਾਈ ਜਹਾਜ਼ ਤੇ ਨਹੀਂ ਤੇ ਪੈਦਲ ਕਰ। ਗੱਲ ਸੁਣਦਾ ਬਣੀ ਸੁਣ ਸਫ਼ਰ ਕਰਕੇ ਆਇਆ। ਅਗਰ ਇਹ ਕਸੀਦਾ ਮੇਰੀ ਡਾਇਰੀ 'ਚ ਨਾ ਹੋਵੇ ਸ਼ਾਇਦ ਮੈਂ ਮਜਲਿਸ 'ਤੇ ਆਵਾਂ ਹੀ ਨਾ। ਆਇਆ ਤੇ ਕਸੀਦੇ ਦੇ ਨਾਸ 'ਤੇ ਆਇਆ। ਪੜ੍ਹਿਆ ਚਾ ਸਲਵਾਤ ਉੱਚੇ ਆਵਾਜ਼ ਨਾਲ ਪੜ੍ਹਿਆ ਬਾਬਾ ਕਾਦਰ ਖੁਦਾ ਕੀ ਜ਼ਾਤ ਹੈ ਤੋ ਕੁਦਰਤ ਹੁਸੈਨ ਹੈ। ਕਾਦਰ ਖੁਦਾ ਕੀ ਜ਼ਾਤ ਹੈ ਤੋ ਕੁਦਰਤ ਹੁਸੈਨ ਹੈ। ਸਾਰੀ ਹਕੀਕਤੋਂ ਕੀ ਹਕੀਕਤ ਹੁਸੈਨ ਹੈ। ਸਾਰੀ ਹਕੀਕਤੋਂ ਕੀ ਬਾਬਾ ਜੀ ਹਕੀਕਤ ਹੁਸੈਨ ਹੈ। ਸਜਦੇ ਕੋ ਤੂਲ ਦੇ ਕੇ ਬਤਾਇਆ ਰਸੂਲ ਨੇ ਲੋਗੋ ਮੇਰੀ ਨਮਾਜ਼ ਸੇ ਅਫਜ਼ਲ ਹੁਸੈਨ ਹੈ। ਕਿਵੇਂ ਦੁਨੀਆ ਕੋ ਦੱਸਾਂ ਰੁਤਬਾ ਹੁਸੈਨ ਦਾ। ਕਰਬਲਾ ਵੰਨੋ ਮੇਰੀ ਦੁਆ ਨੇ ਜਦੋਂ ਕਰਬਲਾ ਪਹੁੰਚੇ ਤੇ ਬੈਨੁਲ ਹਰਮੈਨ ਚ ਵੰਨ ਕੇ ਖੜੀ ਤੇ ਦੋ ਸਰਦਾਰਾਂ ਦੇ ਰੋਜ਼ੇ ਤੇ ਪੋਵੀ ਨਿਗਾਹ। ਉਸਲੇ ਮੁਸਫਾ ਲਿਆਨੇ ਦੀ ਗੱਲ ਕੋ ਜ਼ਿਹਨ ਚ ਰੱਖੀ ਤੇ ਮੂਮਿਨ ਦੇ ਜ਼ਿਹਨ ਚ ਇੱਕ ਮੰਜ਼ਰ ਬਣਦਾ ਹੈ। ਉਹ ਮੰਜ਼ਰ ਦੇ ਸਾਹਮਣੇ ਕਰਬਲ ਦੀ ਹੈ ਖਾਕ ਸ਼ਿਫਾ ਤੇ ਖਾਕ ਦੇ ਵਿੱਚ ਵੀ ਲਾਜੇ। ਕਰਬਲ ਦੀ ਹੈ ਖਾਕ ਸ਼ਿਫਾ ਤੇ ਖਾਕ ਦੇ ਵਿੱਚ ਵੀ ਲਾਜੇ। ਬਾਕ ਹੁਸੈਨ ਦਾ ਸ਼ਾਰ ਸੁਲੇ ਕਾਬਾ ਨਜ਼ਰ ਦਏ ਰੋਜ਼ਾ ਹੁਸੈਨ ਦਾ। ਸਦਕੇ 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 ਮਿਸਲੇ ਕਾਬਾ ਨਜ਼ਰ ਦਏ ਰੋਜ਼ਾ ਹੁਸੈਨ ਦਾ। ਮਿਸਲੇ ਕਾਬਾ ਨਜ਼ਰ ਦਏ ਰੋਜ਼ਾ ਹੁਸੈਨ ਦਾ। ਬੰਦੇ ਆ ਕੇ ਜੋ ਕਰਬਲਾ ਦੇ ਮੈਦਾਨ 'ਚ
امام حسین علیہ السلام یزید کو بدلہ نہیں گیدا کملی ماں دا پتر ایڈا وڈا بدلہ گیدا امام حسین کائنات دا کوئی بہادر گھن ہی نہیں سکدا ایڈا وڈا بدلہ گیدا سجاد دے بابے ایڈا وڈا بدلہ گیدا عالیہ دے ویر ایڈا وڈا بدلہ گیدا اکبر دے پاک بابے کائنات دا کوئی بہادر گھن نہیں سکدا بابا جی تسا بس ہو بس میں تھوڑی گوش گزار ستر کرے سا تھوڑے کول دعا گھن سا میں کو منبر دی قسم ہے ایڈی وڈی گل ہر ازادار پیرا تے کھلو کے داد رے وے داد کم ہے ستر دا وزن زیادہ گلی وڈی پیادا سمجھو تا شاپیر سمیدی سارے جگتے دیدے سمجھو تا شاپیر سمیدی سارے جگتے دیدے سبحان اللہ سبحان اللہ اللہ تیری زندگی کرے بھائی میں بسم اللہ کرا سمجھو تا شبیر سکیتی سارے جگتے دیدے سمجھو تا شبیر سکیتی سارے جگتے دیدے ماشر دائی کوئی نہ رکھتی بال دنا مجزید ایسا بات تے ہو یا قبضہ حسین ایسا باطل تے ہویا قبضہ حسین اللہ حسین نے صدقے تو کو کہیں کتے دا محتاج نہ کرے تھوڑیاں نسلن جی میں آخری واری مس اکبر دیکھڑا پتر کو پگ بدھواوے او سر دی جاتے اکبر دیکھڑا تا تو لہنت بسم اللہ کرا اللہ انہیں بابا زندگی ہو کروڑ دفعہ کا جی بسم اللہ کر میں صدقے شیر دی جاتے اکبر دی کھڑا تا دل ہنک دکھائیو جی پیو جن جی دے پتر دی تا دل ہنک ولائی ہوے میں صدقے حسین دری غربت قربان شیر دی جاتے اکبر دی او کھڑا روندے کیوں بتے ہیں صدقے بھائی وطن مدینے جڑا سورا کو صدقے صدقے بسم اللہ کر کوئی بیچ چکا سے دو وطن مدینے جڑا نکھڑی کو صدقے ہو ونجا لو کرم اب بسم اللہ کر ہزار دفعہ مدینے جڑا
ਖੜੀ ਕੋ ਸਦਕੇ ਮੈਂ ਬਿਸਮਿਲਕ ਤੁਰ ਵਨਿਆ ਕੰਡ ਪਿੱਛੂ ਹੱਕਲ ਮਾਂ ਉਰ ਕੇ ਆਦਾ ਵਾਲਾ ਮੈਂ ਤੇਰਾ ਬੁਢੜਾ ਪਿਊਆ ਸੋਰ ਕੋਟਾਲੇ ਉਹ ਜਦ ਨਵੀਂ ਵਾਰ ਵੱਲਾਏ ਪਿਓ ਦੇ ਕਦਮਾਂ ਤੇ ਹੱਥ ਰੱਖਿਆ ਦੇ ਯਾ ਟੋਰ ਨਾ ਯਾਰੋ ਨਾ ਅਦੇ ਅਕਬਰ ਤੇ ਕੁਟੋਰ ਨਾ ਤਦੀ ਨਹੀਂ ਬਚਦਾ ਤੈ ਕੋ ਨਾ ਰੋਵਾਂ ਮੇਰਾ ਸੋਹਣਾ ਬਛੜਾ ਤੂੰ ਦੱਸਾ ਮੈਂ ਗਰੀਬ ਅੱਕੇ ਕੁਰੋਵਾਂ ਪਿਓ ਦੇ ਕਦਮਾਂ ਤੇ ਹੱਥ ਰੱਖਿਆ ਦੇ ਵਾਅਦਾ ਕਰ ਮੈਂ ਕੋ ਸਦੇ ਸੇ ਨਹੀਂ ਸ਼ਬੀਰਾ ਦੇ ਵਾਅਦਾ ਹੋਇਆ ਨਾ ਸਰੇ ਸਾ ਮੁਤਮਿਨ ਹੋ ਕੇ ਘੋੜੇ ਦੀ ਜ਼ੀਨ ਚ ਬੈਠਾ ਯਾਰਾ ਕਦਮਾਂ ਤੇ ਘੋੜਾ ਇੱਟੀ ਬੈਠੇ ਅੱਬਾ ਉਹ ਸਾਚੜਾ ਅਕਲ ਮਾਂ ਔਰ ਕਿਹਾ ਦੇ ਸੋਹਣਾ ਜਵਾਨ ਵਾਗਾ ਰੋਕ ਪਿੱਛਾ ਦੇ ਕੁਰਾਨ ਦਾ ਝੜਦੇ ਅਕਬਰ ਪਿੱਛਾ ਮੁੜ ਕੇ ਡਿੱਠਾ ਸ਼ਬੀਰ ਦੇ ਪੱਗ ਦੇ ਪੇਚ ਖੁੱਲ ਕੇ ਗੱਲ ਚ ਆਏ ਆਦਾ ਦੇ ਜ਼ਮੀਨ ਮੈਂ ਕੁਰਹਾਰੇ ਮੇਰੇ ਨਾਮ ਦੇ ਸ਼ਕਲਾ ਲਾ ਪੁੱਤਰ ਪਿਆ ਡੁਰਦਾ ਅਕਬਰ ਘੋੜੇ ਦੀ ਜ਼ੀਨ ਤੂੰ ਲੱਥਾ ਏ ਪਿਓ ਦੇ ਕਦਮ ਚੁਮਕਿਆ ਦੇ ਬਾਬਾ ਹੁਣੇ ਆਖੇ ਸਰੇ ਸਾ ਨਹੀਂ ਆਦੇ ਤੇ ਕੋਈ ਇੰਨਾ ਖਾਮ ਸੜੇ ਸਾ ਨਹੀਂ ਤੇ ਕੋਈ ਤਾਂ ਨਮਾ ਖਾ ਜੋ ਤੇਰੇ ਪਿੱਛੋ ਹੀ ਨਾ ਸਾ ਅਕਬਰ ਤੂੰ ਟੁਰ ਦੇ ਮੈਂ ਕੋ ਦੁਨੀਆ ਤੇ ਧੋ ਅੰਧਾ ਔਰ ਨਜ਼ਰ ਦੇ ਆਦੇ ਬਾਬਾ ਹੁਣ ਵਾਅਦਾ ਕਰ ਨਾ ਸੜੇ ਸੋ ਨਾ ਮੇਰੇ ਪਿੱਛੋ ਆਸੋ ਸ਼ਬੀਰਾ ਦੇ ਵਾਅਦਾ ਹੋਇਆ ਨਾ ਸੜੇ ਸਾ ਨਾ ਤੇਰੇ ਪਿੱਛੋ ਆਸਾ ਮਿੰਬਰ ਦੀ ਅਜ਼ਮਤ ਦੀ ਕਸਮ ਮੁਤਮਿਨ ਹੋ ਗਿਆ ਹੁਸੈਨ ਦਾ ਅਕਬਰ ਜੋ ਹੁਣ ਬਾਬੇ ਸੱਜਣਾ ਨਹੀਂ ਪਿੱਛੋਂ ਆਵਣਾ ਨਹੀਂ ਮਿੰਬਰ ਦੀ ਇੱਜ਼ਤ ਦੀ ਕਸਮ ਇਹਨੂੰ ਘੋੜਾ ਤਿਆਰ ਕੀਤਾ 15 ਕਦਮਾਂ ਤੇ ਘੋੜਾ ਗਿਆ ਹੈ ਅੱਬਾਸ ਨੇ ਹੁਸੈਨ ਦੀ ਹਾਲਤ ਦਿੱਠੀ ਹੈ ਸ਼ਬੀਰ ਕਈ ਵੇਲੇ ਝੜਦਾ ਹੈ ਵੱਤ ਉੱਠੀ ਖੜਦਾ ਹੈ ਚਿਹਰੇ ਤੇ ਮੌਤ ਦੀ ਜ਼ਰਦੀ ਅੱਬਾਸ ਮੌਲਾ ਹੁਸੈਨ ਦੇ ਕਦਮਾਂ ਤੇ ਝੜ ਪਾਇਆ ਗਾਜ਼ੀ ਆਦਾ ਕਿਉਂ ਟੁਰਦਾ ਪੁੱਤਰ ਦੇ ਆਇਆ ਕਦ ਦੇ ਤੇ ਸਾਡ ਮਾਰ ਕੇ ਪੁੱਤਰ ਵਲਾ ਗਿਆ ਉਹ ਮੈਂ ਤੇ ਫਜ਼ਲ ਕੋ ਭੇਜ ਜਾ ਮੌਤ ਦੇ ਪਾਸੇ ਹੀ ਉਹ ਸੋਹਣਾ ਪੁੱਤਰ ਅਜਰਕੁਮ ਲਾਹ ਅਜਰਕੁਮ ਲਾਹ ਇਹ ਸ਼ਾਹ ਹੋਰਾਂ ਦੀ ਇਮਦਾਦ ਕਰ ਦਿਓ ਚਲੋ ਕੋਈ ਨਹੀਂ ਸਹੀ ਜਿਤਨੀ ਵੀ ਹੋ ਸਕਦੀ ਥੋੜ੍ਹੀ ਥੋੜ੍ਹੀ